ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੈਂਡਸਮ ਕ੍ਰੀਏਸ਼ਨ ਦੇ ਚੈਨਲ ਦੇ ਵਿੱਚ। ਮੈਂ ਹਾਂ ਤੁਹਾਡਾ ਆਪਣਾ ਸਰਗੁਣ ਸਿੰਘ ਫਰੋਮ ਹੈਂਡਸਮ ਕ੍ਰੀਏਸ਼ਨ, ਐਂਡ ਅੱਜ ਅਸੀਂ ਆਪ ਜੀ ਲਈ ਲੈ ਕੇ ਆਏ ਹਾਂ ਗੁਰਮੁਖੀ ਮਰਿਆਦਾ ਦੇ ਹਿਸਾਬ ਨਾਲ ਆਪਣੀ ਜਿਹੜੀ ਦਾੜ੍ਹੀ ਨੂੰ, ਆਪਣੀ ਬੀਅਰਡ ਨੂੰ ਕਿੱਦਾਂ ਮੈਨੇਜ ਕਰਨਾ ਹੈ, ਉਹ ਵੀ ਵਿਦਾਊਟ ਸਿਮਕੋ ਹੇਅਰ ਫਿਕਸਰ ਦੇ ਨਾਲ, ਵਿਦਾਊਟ ਜੈਲ ਦੇ ਨਾਲ, ਐਂਡ ਵਿਦਾਊਟ ਐਨੀ ਸਲਿਊਸ਼ਨ ਜਾਂ ਹੇਅਰ ਸਪਰੇਅ ਦੇ ਨਾਲ। ਸੋ ਲੈਟਸ ਸਟਾਰਟ ਇਟ। ਆਪਣੇ ਫੇਸ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਆਪਣੀ ਬੀਅਰਡ। ਸੋ ਬੀਅਰਡ ਅਸੀਂ ਅੱਜ ਆਪ ਜੀ ਸਾਹਮਣੇ ਸੈੱਟ ਕਰਨ ਜਾ ਰਹੇ ਹਾਂ, ਜਿਹੜੀ ਆਪਣੀ ਮਰਿਆਦਾ ਦੇ ਹਿਸਾਬ ਨਾਲ ਕਿੱਦਾਂ ਸੈੱਟ ਕਰਨੀ ਹੈ, ਅਤੇ ਬਿਨਾਂ ਜੈਲ ਤੋਂ, ਬਿਨਾਂ ਕਿਸੇ ਸਿਮਕੋ ਹੇਅਰ ਫਿਕਸਰ ਤੋਂ ਜਾਂ ਕੋਈ ਇੱਦਾਂ ਜਿਹੜੇ ਹੇਅਰ ਸਪਰੇਅ ਹੁੰਦੇ ਨੇ ਉਹਦੇ ਬਿਨਾਂ ਹੈਲਪ ਤੋਂ ਅਸੀਂ ਆਪਣੀ ਬੀਅਰਡ ਨੂੰ ਮੈਨੇਜ ਕਰਨਾ ਆਪ ਜੀ ਨੂੰ ਸਿਖਾਉਣ ਜਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਆਪ ਜੀ ਨੂੰ ਚਾਹੀਦਾ ਹੈ ਲੱਕੜ ਦਾ ਕੰਘਾ ਐਂਡ ਪਾਣੀ, ਅਤੇ ਨਾਲ ਇੱਕ ਆਪ ਜੀ ਨੂੰ ਚਾਹੀਦਾ ਆਪ ਜੀ ਦਾ ਇੱਕ ਹੈਂਕਰਚੀਫ। ਸੋ ਇਹਦੇ ਨਾਲ ਆਪ ਜੀ ਦੀ ਜਿਹੜੀ ਬੀਅਰਡ ਹੈ ਉਹ ਬਹੁਤ ਜ਼ਿਆਦਾ ਡਿਫਰੈਂਟ ਬਣ ਜਾਏਗੀ। ਫਸਟ ਆਫ ਆਲ ਅਸੀਂ ਕੀ ਕਰਾਂਗੇ, ਅਸੀਂ ਆਪਣੀ ਬੀਅਰਡ ਕੌਮ ਕਰਾਂਗੇ, ਸਿੰਪਲ ਕੌਮ, ਜਿਹੜੀ ਡਾਇਰੈਕਸ਼ਨ ਤੁਹਾਡੀ ਬੀਅਰਡ ਹੈਗੀ ਹੈ। ਜੇ 20 ਦਾ 25 ਦੀ ਜਿਹੜੀ ਏਜ ਹੁੰਦੀ ਹੈ ਇਹਦੇ ਵਿੱਚ ਜਿਹੜੀ ਬੀਅਰਡ ਹੈ ਉਹ ਕਾਫੀ ਜ਼ਿਆਦਾ ਜਿਹੜੀ ਮੈਸਡ ਅਪ ਹੋਣ ਦੀ ਕੋਸ਼ਿਸ਼ ਕਰਦੀ ਹੈ। ਸੋ ਅਸੀਂ ਕੀ ਕਰਾਂਗੇ, ਪਹਿਲਾਂ ਬੀਅਰਡ ਨੂੰ ਅਸੀਂ ਕੌਮ ਕਰਨਾ ਹੈ, ਹਰ ਇੱਕ ਡਾਇਰੈਕਸ਼ਨ ਤੋਂ ਨੀਚੇ ਵੀ ਸਿੱਧਾ ਰੱਖਾਂਗੇ, ਉੱਪਰ ਵੀ ਸਿੱਧਾ ਰੱਖਾਂਗੇ, ਥੋੜ੍ਹਾ ਇਹਨੂੰ ਖੋਲ ਖੋਲ ਲਵਾਂਗੇ, ਮਤਲਬ ਕਿ ਇਹਨੂੰ ਪ੍ਰੋਪਰ ਜਿਹਾ ਸਾਈਜ਼ ਜਿਹਾ ਕਹਿ ਲਓ ਕਿ ਜਿਵੇਂ ਖਿਲਾਰ ਕੇ ਰੱਖ ਲਵਾਂਗੇ, ਕਿਉਂਕਿ ਇਹਨਾਂ ਅਸੀਂ ਹੁਣ ਪਾਣੀ ਦੇ ਨਾਲ ਮੈਨੇਜ ਕਰਨਾ ਹੈ। ਸੋ ਸਮਝੇ ਤਾਂ ਪਾਣੀ ਜਿੱਦਾਂ ਮੈਂ ਆਪਣੀ ਕੌਮ ਨੂੰ ਪੂਰਾ ਜਿਹੜਾ ਗਿੱਲਾ ਕਰ ਦਿੱਤਾ, ਦੇਖ ਸਕਦੇ ਹੋ ਕਿ ਇਹਦੇ 'ਚ ਮੈਂ ਪਾਣੀ ਲਗਾਇਆ ਹਲਕਾ ਜਿਹਾ, ਐਂਡ ਮੈਂ ਬੀਅਰਡ ਨੂੰ ਕੌਮ ਕਰਨਾ ਸ਼ੁਰੂ ਕਰਾਂਗਾ। ਆਪ ਦੇਖ ਸਕਦੇ ਹੋ ਕਿ ਬੀਅਰਡ ਜਿਹੜੀ ਹੈ ਨਾਲ ਦੇ ਨਾਲ ਹੀ ਬੈਠ ਗਈ ਹੈ। ਹੁਣ ਜਦ ਕਿ ਆਪ ਜੀ ਦੇਖ ਰਹੇ ਹੋ ਕਿ ਮੈਂ ਬੀਅਰਡ ਨੂੰ ਹੁਣ ਗਿੱਲੀ ਕਰ ਰਿਹਾ, ਬਟ ਆਪ ਜੀ ਕੀ ਕਰ ਸਕਦੇ ਹੋ ਕਿ ਜਦੋਂ ਵੀ ਤੁਸੀਂ ਇਸ਼ਨਾਨ ਕਰ ਰਹੇ ਹੋ, ਮੀਨ ਟੂ ਸੇ ਦੈਟ ਆਫਟਰ ਟੇਕਿੰਗ ਦ ਬਾਥ, ਜਦੋਂ ਆਪਣੀ ਬੀਅਰਡ ਗਿੱਲੀ ਹੋ ਜਾਂਦੀ ਹੈ ਤਾਂ ਉਹ ਤੋਂ ਬਾਅਦ ਕੰਘੇ ਨਾਲ ਬਿਲਕੁਲ ਸਿੱਧੀ ਕਰੋ, ਕੋਸ਼ਿਸ਼ ਕਰੋ ਕਿ ਵੁਡਨ ਕੌਮ ਯੂਜ਼ ਕਰੋ, ਐਂਡ ਉਸ ਤੋਂ ਬਾਅਦ ਕੀ ਕਰਨਾ ਹੈ, ਆਪ ਜੀ ਨੇ ਆਪਣੀ ਜਿਹੜੀ ਮੁਸਟਚ ਹੈ ਉਹਨਾਂ ਨੂੰ ਪ੍ਰੋਪਰ ਸ਼ੇਪ ਦੇ ਕੇ ਰਾਊਂਡ ਕਰ ਲੈਣਾ। ਉਸ ਤੋਂ ਬਾਅਦ ਆਪਣੇ ਹੈਂਕਰਚੀਫ ਦੀ ਮਦਦ ਨਾਲ ਇੱਦਾਂ ਵੀ ਸ਼ੇਪ 'ਚ ਬਣਾ ਕੇ ਇਹਨੂੰ ਅਸੀਂ ਬੰਨ ਲਵਾਂਗੇ। ਆਪ ਦੇਖ ਸਕਦੇ ਹੋ ਕਿ ਮੈਂ ਨੋਜ਼ ਦੀ ਜਿਹੜੀ ਬਿਲਕੁਲ ਸ਼ੇਪ ਬਣਾਈ ਹੈ ਇਹਦੀ, ਦੇਖ ਸਕਦੇ ਹੋ, ਐਂਡ ਬੈਕ ਸਾਈਡ 'ਤੇ ਲਿਆ ਕੇ ਜਾਂ ਤਾਂ ਇਹਨੂੰ ਅਸੀਂ ਬੰਨ ਲੈਣਾ ਜਾਂ ਫਿਰ ਆਪਣੀ ਟਰਬਨ ਦੇ ਉੱਪਰਲੇ ਪਾਸੇ ਫਿਟ ਕਰ ਲੈਣਾ। ਆਪ ਜੀ ਦੇਖ ਸਕਦੇ ਹੋ ਕਿ ਇੱਥੋਂ ਬੀਅਰਡ ਦੀ ਸ਼ੇਪ ਬਣ ਗਈ ਹੈ, ਐਂਡ ਨੇਚਰ ਸ਼ੇਪ ਬਣਾਉਣ ਲਈ ਅਸੀਂ ਕੀ ਕਰਾਂਗੇ, ਇਹ ਜਿਹੜਾ ਹੈਂਕਰਚੀਫ ਹੈ ਇਹ ਫੋਲਡ ਕਰ ਦੇਵਾਂਗੇ। ਹੁਣ ਆਫਟਰ 5 ਮਿੰਟਸ ਇਹ ਜਿਹੜੀ ਬੀਅਰਡ ਦੀ ਸ਼ੇਪ ਇਸੇ ਤਰੀਕੇ ਨਾਲ ਹੀ ਰਹੇਗੀ। ਇਹਦੇ ਉੱਪਰ ਤੁਸੀਂ ਆਪਣਾ ਹੇਅਰ ਡਰਾਇਰ ਵੀ ਯੂਜ਼ ਕਰ ਸਕਦੇ ਹੋ, ਇਸ ਸ਼ੇਪ ਨੂੰ ਤੁਸੀਂ ਜਿੱਧਰ ਵੀ ਲੈ ਕੇ ਜਾਣਾ ਚਾਹੋ, ਚਾਹੇ ਇਕੱਠਾ ਕਰ ਲਓ, ਚੌਰਸ ਕਰ ਲਓ, ਕੋਲ ਕਰ ਲਓ, ਇਕੱਠੀ ਕਰ ਲਓ, ਕ੍ਰਸ਼ ਕਰ ਲਓ, ਜਿੱਧਰ ਵੀ ਲੈ ਕੇ ਜਾਓਗੇ ਗਿੱਲੀ ਬੀਅਰਡ ਜਿਹੜੀ ਆ ਉਸ ਤਰੀਕੇ ਨਾਲ ਰਹੇਗੀ। ਸੋ ਮੈਂ 5 ਮਿੰਟ ਵੇਟ ਕਰਾਂਗਾ, ਆਪ ਜੀ ਦੇਖ ਸਕਦੇ ਹੋ ਕਿ ਲੈਫਟ ਤੋਂ ਰਾਈਟ ਸਾਈਡ ਤੋਂ ਇਹ ਇਸ ਤਰੀਕੇ ਨਾਲ ਬਣ ਜਾਂਦੀ ਹੈ, ਬੈਕ ਤੋਂ ਇਸ ਤਰੀਕੇ ਨਾਲ ਹੋ ਗਈ, ਐਂਡ ਲੈਫਟ ਤੋਂ ਜਿੱਦਾਂ ਇਹਦੀ ਸ਼ੇਪ ਬਣੀ ਹੋਈ ਆ ਇਸ ਤਰੀਕੇ ਨਾਲ ਰਹੇਗੀ। ਉਹ ਸਾਨੂੰ ਵੇਟ ਕਰਨਾ ਪਏਗਾ 5 ਮਿੰਟ ਲਈ, ਜਿਹਦੇ ਨਾਲ ਆਪਣੀ ਜਿਹੜੀ ਬੀਅਰਡ ਹੈ ਉਹ ਸੁੱਕ ਜਾਵੇ ਐਂਡ ਇਸ ਸ਼ੇਪ 'ਚ ਰਹਿ ਜਾਏਗੀ। ਅਤੇ ਧਿਆਨ ਇਹ ਵੀ ਰੱਖਣਾ ਹੈ ਕਿ ਆਫਟਰ ਜਦੋਂ ਬੀਅਰਡ ਜਿਹੜੀ ਡਰਾਈ ਹੋ ਜਾਂਦੀ ਹੈ ਸ਼ੇਪ ਇਹਦੀ ਐਂ ਤਾਂ ਰਹੇਗੀ। ਹੁਣ ਤਾਂ ਇਹ ਵੀ ਤੁਹਾਨੂੰ ਪਤਾ ਕਿ ਇਹਦੇ ਉੱਪਰ ਅਸੀਂ ਕੁਛ ਲਗਾਇਆ ਤਾਂ ਹੈ ਨਹੀਂ, ਤਾਂ ਅਸੀਂ ਪੂਰਾ ਦਿਨ ਇਹਦਾ ਖਿਆਲ ਵੀ ਰੱਖਣਾ, ਮਤਲਬ ਕਿ ਇਹਦੀ ਕੇਅਰ ਕਰਨੀ ਹੈ ਕਿ ਜਦੋਂ ਤੁਸੀਂ ਬਾਈਕ 'ਤੇ ਜਾਣਾ ਤਾਂ ਹੈਂਕੀ ਹਲਕਾ ਬੰਨ ਲਓ, ਉਸੇ ਸ਼ੇਪ 'ਚ ਰਹੇਗੀ ਬੀਅਰਡ। ਐਂਡ ਜਦੋਂ ਵੀ ਤੁਸੀਂ ਇਸ਼ਨਾਨ ਕਰਨਾ ਉਸ ਤੋਂ ਬਾਅਦ ਕੰਘਾ ਫੇਰਨਾ ਜ਼ਰੂਰੀ ਹੈ, ਅਟਕਾਂ ਨਹੀਂ ਪਈਆਂ ਰਹਿ ਜਾਣੀਆਂ। ਰਾਤੀ ਸੌਣ ਤੋਂ ਪਹਿਲਾਂ ਧਿਆਨ ਇਹ ਵੀ ਰੱਖਣਾ ਕਿ ਜਦੋਂ ਸੌਣਾ ਹੈ
ਤਾਂ ਬੀਡ ਇਕੱਠੀ ਨਹੀਂ ਹੋਣੀ ਚਾਹੀਦੀ, ਹਲਕਾ ਹੱਥ ਫੇਰ ਕੇ ਫੇਰ ਲੇਟੋ, ਹਮੇਸ਼ਾ ਹੀ ਧਿਆਨ ਇਹ ਰੱਖਣਾ ਦੋਨੋਂ ਪਾਸੇ ਹੱਥ ਫੇਰ ਕੇ ਫੇਰ ਲੇਟੋ, ਜਿਹਦੇ ਨਾਲ ਆਪਣੇ ਵਾਲ ਜਿਹੜੇ ਸਿੱਧੇ ਹੋ ਜਾਂਦੇ ਆ, ਸਵੇਰੇ ਉੱਠੋਗੇ ਤੁਹਾਡੀ ਬੀਡ ਅੱਛੀ ਰਹੇਗੀ। ਕੇਅਰ ਕਰਨਾ ਬਹੁਤ ਜ਼ਰੂਰੀ ਆ, ਵਾਸ਼ ਕਰਨਾ ਜਿਹੜਾ ਉਹ ਸਿੰਪਲੀ ਵਾਸ਼ ਕਰਨਾ, ਜਿਹੜੇ ਤੁਸੀਂ ਸ਼ੈਂਪੂ ਯੂਜ਼ ਕਰਦੇ ਹੋ ਸਿੰਪਲ ਵਾਸ਼ ਕਰੋ, ਐਂਡ ਕੋਸ਼ਿਸ਼ ਇਹ ਕਰੋ ਕਿ ਪਹਿਲਾਂ ਓਇਲ ਲਗਾ ਲਓ ਪੂਰਾ ਪ੍ਰੋਪਰ ਬੀਡ, ਉਹ ਬਿਲਕੁਲ ਓਇਲੀ ਜੀ ਹੋ ਜਾਏਗੀ। ਉਸ ਤੋਂ ਬਾਅਦ ਜਦੋਂ ਵਾਸ਼ ਕਰੋਗੇ ਤਾਂ ਤੁਹਾਨੂੰ ਕਦੇ ਵੀ ਇਹਦੇ ਵਿੱਚ ਜਿਹੜੀ ਆ ਸਟਿਕਨੈਸ ਜਿਹੜੀ ਆ ਫੀਲ ਨਹੀਂ ਹੋਏਗੀ। ਸੋ ਆਈ ਥਿੰਕ ਹੁਣ ਆਪਣੇ 5 ਮਿੰਟ ਹੋ ਚੁੱਕੇ ਨੇ, ਐਂਡ ਬੀਅਡ ਦੀ ਸ਼ੇਪ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਆਪ ਹੀ ਇਸ ਚੀਜ਼ 'ਚ ਬਣ ਚੁੱਕੀ ਹੈ। ਅਤੇ ਇਹ ਜਿੰਨੇ ਵੀ ਮੇਰੇ ਵੀਰ ਨੈਚੁਰਲ ਬੀਅਡ ਰੱਖਦੇ ਨੇ ਵਿਦਆਊਟ ਕਟਿੰਗ ਦੇ ਵਿੱਚ, ਜਾਂ ਜਿਹਨਾਂ ਦੀ ਨਵੀਂ ਨਵੀਂ ਕਟਾਈ ਹੁੰਦੀ ਹੈ ਜਾਂ ਕੁਛ ਵੀ ਹੈ ਜਾਂ ਨਵੇਂ ਨਵੇਂ ਕੇਸ ਰੱਖੇ ਹੁੰਦੇ ਆ, ਉਹਨਾਂ ਸਾਰਿਆਂ ਲਈ ਜਿਹੜੀ ਇਹ ਜਿਹੜਾ ਟ੍ਰਿਕ ਆ ਇਹ ਕੰਮ ਆਏਗਾ। ਉਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਵੀ ਦੱਸਾਂਗੇ ਕਿ ਬੀਅਡ ਨੂੰ ਕਰਲ ਕਿਵੇਂ ਕਰਨਾ ਹੈ, ਉਹ ਵੀ ਨਾਲੇ ਬਿਨਾਂ ਕਿਸੇ ਕੋਈ ਸਲਿਊਸ਼ਨ ਤੋਂ ਜਾਂ ਆਪਣੇ ਸਟਾਰਚ ਤੋਂ ਜਾਂ ਕੋਈ ਤੁਸੀਂ ਕਹਿ ਸਕਦੇ ਹੋ ਕਿ ਜਲ ਤੋਂ। ਸੋ ਸਾਡੀ ਸਾਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਥੈਂਕ ਯੂ, ਥੈਂਕਸ ਫੋਰ ਵਾਚਿੰਗ, ਐਂਡ ਮੈਂ ਹਾਂ ਤੁਹਾਡਾ ਸਰਗੁਣ ਸਿੰਘ ਫਰੋਮ A1 ਅਰਬਨ ਟ੍ਰੇਨਿੰਗ ਸੈਂਟਰ, ਅਤੇ ਹੁਣ ਅਸੀਂ ਆਪ ਜੀ ਲਈ ਇੱਕ ਸਪੈਸ਼ਲ ਸੈਂਟਰ ਸ਼ੁਰੂ ਕੀਤਾ ਹੈਂਡਸਮ ਕ੍ਰੀਏਸ਼ਨ, ਇਹਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਐਂਡ ਸਾਡੇ ਜਿਹੜੇ ਹੈਂਡਸਮ ਕ੍ਰੀਏਸ਼ਨ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਇਹਨੂੰ ਅਸੀਂ ਸ਼ੇਅਰ ਕਰੋ। ਨੈਕਸਟ ਟਾਈਮ ਅਸੀਂ ਮਿਲਾਂਗੇ ਕੋਈ ਦੁਬਾਰਾ ਬੀਐਡ ਦੀ ਵੀਡੀਓ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।